फाजिलका के डीसी कंपलैक्स के बाहर भारतीय किसान यूनियन एकता उग्राह वालों दिता गया धरना की गई केंद्र सरकार के खिलाफ जम के नारेबाजी। फाजिलका के डीसी कंपलैक्स के बाहर भारतीय किसान यूनियन एकता उग्राह वालों धरना दिता गया ਅਤੇ ਆਪਣੀਆਂ ਮੰਗਾਂ ਦੇ ਸਮਰਥਨ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਵੀ ਕੀਤੀ ਗਈ। ਕਿਸਾਨ ਆਗੂਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਸੋਧ ਕਾਨੂੰਨ ਰੱਦ ਕਰਨ ਤੋਂ ਬਾਅਦ ਉਹਨਾਂ ਦੀਆਂ ਬਾਕੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਦੇ ਵਿੱਚ MSP ਗਰੰਟੀ ਕਾਨੂੰਨ ਬਣਾਉਣ ਅਤੇ ਇਸ ਦੇ ਨਾਲ ਨਾਲ ਲਖੀਮਪੁਰ ਖੀਰੀ ਦੀ ਘਟਨਾ ਦੇ ਵਿੱਚ ਦੋਸ਼ੀਆਂ ਦੇ ਖਿਲਾਫ ਕੜੀ ਕਾਰਵਾਈ ਕਰਨ ਅਤੇ ਸ਼ਹੀਦ ਹੋਏ ਕਿਸਾਨਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਮੰਗਾਂ ਕਾਫੀ ਚਿਰ ਤੋਂ ਪੈਂਡਿੰਗ ਹਨ, ਲੇਕਿਨ ਸਰਕਾਰ ਵੱਲੋਂ ਕੋਈ ਗੌਰ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦੇ ਅੱਜ ਉਹਨਾਂ ਨੂੰ ਇੱਥੇ ਧਰਨਾ ਦੇਣਾ ਪੈ ਰਿਹਾ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੇਕਰ ਉਹਨਾਂ ਦੀਆਂ ਮੰਗਾਂ ਨੂੰ ਜਲਦੀ ਪੂਰਾ ਨਹੀਂ ਕੀਤਾ ਜਾਂਦਾ ਤਾਂ ਇੱਕ ਵੱਡਾ ਸੰਘਰਸ਼ ਕੀਤਾ ਜਾਏਗਾ। ਵੀਰ ਜੀ, ਕਿਸ ਮਕਸਦ ਨੂੰ ਲੈ ਕੇ ਜਿਹੜਾ ਇਹ ਧਰਨਾ ਦਿੱਤਾ ਜਾ ਰਿਹਾ ਜੀ? ਅੱਜ ਸੰਯੁਕਤ ਮੋਰਚੇ ਦੇ ਸੱਦੇ ਦੇ ਉੱਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਫਾਜ਼ਿਲਕਾ ਦੀ ਟੀਮ ਵੱਲੋਂ ਅੱਜ DC ਦਫ਼ਤਰ ਦੇ ਅੱਗੇ ਜਿਹੜੀਆਂ ਸਾਡੀਆਂ ਮੰਗਾਂ ਮਨੌਤਾ ਕਾਲੇ ਕਾਨੂੰਨ ਰੱਦ ਹੋਣ ਪ੍ਰੰਤ ਮੰਨੀਆਂ ਹੋਈਆਂ ਸੀ ਪ੍ਰਧਾਨ ਮੰਤਰੀ ਨੇ, ਜਿਹਨੇ ਵਿੱਚ MSP ਦੀ ਗਰੰਟੀ ਦੀ ਗੱਲ ਕੀਤੀ ਗਈ ਸੀ, ਲਖੀਮਪੁਰ ਦੇ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਦੀ ਗੱਲ ਕੀਤੀ ਗਈ ਸੀ, ਪਰ ਉਹ ਹਜੇ ਸਾਰੀਆਂ ਦੀਆਂ ਸਾਰੀਆਂ ਮੰਗਾਂ ਲਟਕ ਰਹੀਆਂ ਨੇ। ਹਾਲਾਂਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਵੀ, 3 ਮਹੀਨਿਆਂ ਤੋਂ ਬਾਅਦ ਵੀ ਹਜੇ ਤੱਕ ਕਿਸਾਨ, ਮਜ਼ਦੂਰ, ਕੁੱਲ ਦੇਸ਼ ਦੇ ਲੋਕ ਸਾਰੇ MSP ਤੋਂ ਵਾਂਝੇ ਲੋਕ ਸੜਕਾਂ 'ਤੇ ਉਤਰੇ ਹੋਏ ਨੇ। ਸੋ ਅੱਜ ਅਸੀਂ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਫਾਜ਼ਿਲਕਾ ਜ਼ਿਲ੍ਹਾ ਵੱਲੋਂ ਅਸੀਂ DC ਦਫ਼ਤਰ ਦੇ ਅੱਗੇ ਧਰਨਾ ਲਾਇਆ ਹੋਇਆ। ਜਿੰਨਾ ਚਿਰ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਦੇ ਉਹਨਾਂ ਸਮਾਂ ਰੋਸ ਮੁਜ਼ਾਹਰੇ ਜਾਰੀ ਰਹਿਣਗੇ। ਉਮੀਦ ਕੀ ਹੈ ਜੀ ਸਰਕਾਰ ਤੋਂ, ਕੀ ਉਮੀਦ ਕਰਦੇ ਹੋ? ਦੇਖੋ, ਜਿੰਨਾ ਚਿਰ ਸਰਕਾਰ ਲਾਗੂ ਨਹੀਂ ਕਹਿੰਦੀ, ਉਮੀਦ ਨੂੰ ਅਸੀਂ ਛੱਡ ਕੇ ਸੰਘਰਸ਼ਾਂ ਦੇ ਰਾਹ 'ਤੇ ਪਏ ਹੋਏ ਹਾਂ, ਕਿਉਂਕਿ ਸੰਘਰਸ਼ਾਂ ਦੇ ਰਾਹ 'ਤੇ ਹੀ ਸਾਡੀ ਪੁੱਗਦੀ ਹੈ, ਸੰਘਰਸ਼ਾਂ ਦੇ ਰਾਹ 'ਤੇ ਹੀ ਉਤਰੇ ਹੋਏ। ਨਹੀਂ ਹੁੰਦਾ ਤਾਂ ਕੀ ਐਕਸ਼ਨ ਰਹੇਗਾ ਅਗਲਾ ਜੀ? ਜੋ ਸੰਯੁਕਤ ਮੋਰਚੇ ਦੀ ਕਾਲ ਆਊਗੀ ਅਸੀਂ ਉਹਦੇ ਫੈਸਲੇ ਦੇ ਪ੍ਰਮਾਣ ਕਰਾਂਗੇ। ਅੱਜ ਦੇ ਧਰਨੇ ਦੇ ਬਾਰੇ ਜੀ? ਅਸੀਂ ਅੱਜ ਜਿਹੜਾ ਸਾਡੇ ਸੰਯੁਕਤ ਮੋਰਚੇ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਸਾਡੇ ਲਖਵੀਰਪੁਰ ਖੀਰੀ ਦੇ ਵਿੱਚ ਅਣਹੱਥਿਆ ਕਿਸਾਨਾਂ ਦੇ ਉੱਤੇ ਜਿਹੜੇ ਗੱਡੀਆਂ ਚੜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਅੱਜ ਤੱਕ ਉਹਦੇ ਜਿਹੜੇ ਕਾਤਲ ਨੇ ਉਹ ਉਸੇ ਤਰ੍ਹਾਂ UP ਦੇ ਵਿੱਚ ਘੁੰਮ ਰਹੇ ਨੇ, ਸ਼ਰੇਆਮ ਗੁੰਡਾਗਰਦੀ ਕਰਦੇ ਪਏ ਨੇ। ਇੱਧਰੋਂ ਸਾਡੇ ਨਾਲ ਜਿਹੜੀ ਸਰਕਾਰ ਨੇ ਗੱਲ ਮੰਨੀ ਸੀ ਜਦੋਂ ਅਸੀਂ ਦਿੱਲੀ ਵਿੱਚ ਸੰਘਰਸ਼ ਚੱਲਦਾ ਸੀਗਾ, ਇਹ ਗੱਲਾਂ ਮੰਨੀਆਂ ਹੋਈਆਂ ਸੀਗੀਆਂ ਵੀ ਅਸੀਂ ਉਹਨਾਂ ਨੂੰ ਕਾਤਲਾਂ ਨੂੰ ਜੇਲ੍ਹਾਂ ਦੇ ਅੰਦਰ ਧੱਕਾਂਗੇ। ਉਹ ਦੂਜੀ ਗੱਲ ਉਹਨਾਂ ਨੇ ਸਾਡੇ ਨਾਲ ਮੰਨੀ ਸੀਗੀ ਜਿਹੜੀ MSP ਇਹਨੂੰ ਜਿਹੜੇ 50 ਸੂਬਿਆਂ ਵਿੱਚ ਲਾਗੂ ਹੈ ਦੂਜਿਆਂ ਵਿੱਚ ਲਾਗੂ ਕਰਾਂਗੇ, ਉਹਨੂੰ ਗਰੰਟੀ ਲਿਖ ਕੇ ਦਿਆਂਗੇ ਤੁਹਾਡੇ ਨਾਲ ਸਾਡੇ ਨਾਲ ਵਾਅਦਾ ਕੀਤਾ ਸੀਗਾ, ਪਰ ਉਹਨਾਂ ਗੱਲਾਂ 'ਤੇ ਖਰੀ ਨਹੀਂ ਉਤਰੀ ਸਰਕਾਰ, ਇਹ BJP ਦੀ। ਅਸੀਂ ਇਸ ਕਰਕੇ ਇੱਕ ਵੀ ਅਸੀਂ ਮੰਗ ਪੱਤਰ ਜਿਹੜੇ DC ਦਫ਼ਤਰ ਅੱਗੇ ਦਿੱਤੇ ਨੇ, ਔਰ ਜੇਕਰ ਇਹ ਸਾਡੀ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਅਸੀਂ ਇਹਦੇ 'ਤੇ ਹੋਰ ਸੰਘਰਸ਼ ਸਾਡਾ ਜਿਹੜਾ ਫੈਸਲਾ ਕਰਨਗੀ ਸਰਕਾਰ ਸਾਡੀ ਜਥੇਬੰਦੀ ਹੋਰ ਤੇਜ਼ ਕਰਾਂਗੇ। ਕੀ ਨਾਂ ਜੀ ਆਪਣਾ? ਮੇਰਾ ਨਾਮ ਜਗਸੀਰ ਸਿੰਘ ਭੋਲਾ ਜੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ। ਰਮੇਸ਼ ਬਡੇਰਾ। ਅੱਛਾ, ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰਧਾਨ ਫਾਜ਼ਿਲਕਾ ਜਮਹੂਰੀ ਕਿਸਾਨ ਸਭਾ, ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰਦਰਸ਼ਨ ਨੂੰ ਲੈ ਕੇ? ਅੱਜ ਦਾ ਪ੍ਰਦਰਸ਼ਨ ਜੀ, ਜਿਹੜਾ ਬਿਆਸ ਪਾਗਲਾ ਪ੍ਰੋਜੈਕਟ ਦੇ ਬਾਰੇ ਸਰਕਾਰ ਨੇ ਇੱਕ ਪੰਜਾਬ ਦਾ ਜ਼ਿਕਰ ਕੀਤਾ ਹੈ, ਖਾਸ ਕਰਕੇ ਉਹਦੇ ਬਾਰੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਕਾਲ ਦਿੱਤੀ ਗਈ ਸੀ ਕਿ ਸਾਰੇ DC ਹੈੱਡਕੁਆਰਟਰ ਦੇ ਔਰ SK ਦੇ ਪੰਜਾਬ ਦੇ ਵਿੱਚ ਇੱਦਾਂ ਦਾ ਲਾਇਆ ਗਿਆ, ਅਤੇ ਇਸ ਤੋਂ ਬਾਅਦ ਲਖੀਮਪੁਰ ਖੀਰੀ ਜਿਹੜਾ ਕਾਂਡ ਸੀ ਉਹਦੇ ਬਾਰੇ ਉਹਨਾਂ ਦੋਸ਼ੀਆਂ ਦੀ ਜ਼ਮਾਨਤ ਉਹਨਾਂ ਨੂੰ ਸਜ਼ਾਵਾਂ ਦੇਣ ਬਾਰੇ ਇਹ ਗੱਲ। ਅਤੇ ਜੇ ਨਹੀਂ ਕੋਈ ਹੱਲ ਹੁੰਦਾ ਤਾਂ ਕੀ ਕਿਸ ਤਰ੍ਹਾਂ ਦਾ ਐਕਸ਼ਨ ਰਹੇਗਾ ਜੀ? ਹੱਲ ਇਸ ਤਰ੍ਹਾਂ ਜੀ, ਅਸੀਂ ਤਾਂ ਹੁਣ ਸਰਕਾਰ ਤੋਂ ਸਾਡਾ ਉਮੀਦ ਹੈ, ਪਰ ਫਿਰ ਵੀ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਨੇ ਜੋ ਸਾਡੇ ਨਾਲ ਵਾਅਦਾ ਕੀਤਾ ਸੀ ਉਹਦੀ ਵਾਅਦੇ ਖਿਲਾਫੀ ਨਾ ਕਰੇ, ਇਹ ਚੰਗੀ ਗੱਲ ਹੈ, ਅਤੇ ਦੇਸ਼ ਦੇ ਧਰਨੇ ਵਿਚਾਰੇ ਜ਼ਿਕਰ ਜਾਰੀ ਕਰੋ।